रोला तोड़ा कितने बताया बाहु ये 1000 जब मैंने दे 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 दा मेरा 12 मुक्को यार नहीं तू अंदर वो गाल नहीं की थी तू ये नंबर कितने में चलना था कितने बजे तेरे जावना मेरे सुन तू अंदर गाल नहीं की थी 1000 रुपया बहाई दा तो 200 रुपया सागे दा मेरा भाई साहब वो ਬਾਹਾਂ ਮੁੱਕਾ ਇਸ ਮੈਨਾਂ ਮੇਰਾ ਮੈਂ ਕਿਹਾ ਸਵਾਗਾ ਮਰਾਂ ਤੇ ਬਾਵੇਂ ਨਾ ਮਰਾਂ ਮੈਂ ਪਾਸਾ ਪੱਕਾ ਲੈ 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 ਨਾ 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 ਇਹ ਹੁਣ ਖੜਦਾ ਨਾ 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 1000 ਰੁਪਏ ਨਾ 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 ਹਲਾ ਦਾ 200 ਮਸੀਤੇ ਵਾੜਾ ਮੈਂ ਮਸੀਤੇ ਵਗਣਾ ਮੈਂ ਆਪਣੇ ਹੱਕ ਰਾਜ ਮੇਰਾ ਲੈ ਲੈ ਲੈਣੀ ਤੂੰ ਵੀ ਕਿਹੜਾ ਦਾ ਖਾ ਭਾਈ ਦਾ ਤਾ ਕੂੜ ਮਾਰਨਾ ਸ਼ੁਰੂ ਇੱਕ ਮਿੰਟ ਦੁਆ ਖਾ ਨਾ ਬੰਦੇ ਵਾਲੇ ਬੰਦੇ ਇੱਕ ਮਿੰਟ ਬੰਦੇ ਵਾਲੇ ਉਹ ਬਾਦੇ ਰੱਖ ਪੁੱਤ ਯਾਰ ਤੂੰ ਤੇ ਦਾਂਸ ਸਿੱਧ ਲੱਗ ਗਏ रेट हम बाकी तेन की आख्या 1200 रुपया भाई भी है 2000 भी है जिक्र नहीं मैं ਹੁਣ ਮੈਂ ਗੱਲ ਤਾਂ ਇਤਨੀ ਹੈ ਕਿ ਉਸ ਤੇਰੇ ਕੋਲ ਨਾ ਛੜਾਇਆ ਨਾ ਤੈਨੂੰ ਗੱਲ ਕੀਤੀ ਜ਼ਿੰਮੇਦਾਰ ਆਪਾਂ ਵਿਰਾਹ ਹੈ ਸਾਰੇ ਇਹਦੇ 'ਚ ਕੋਈ ਗੱਲ ਦਾ ਹੁਣ ਇਹ ਬਈ ਕਿੱਲਾ ਦੋ ਕਨਾਲੇ ਛੇ ਕਨਾਲੀ ਉਹੀ ਬਗਲੇ ਭਾਈ ਦੇ ਬਦਲੇ ਮਲਕ ਦੇ ਜੋ ਮਾਰਤਾ ਦੇ ਮੈਂ ਬਾਬੂ ਸੁੱਤ ਤੇ 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 ਰਾਮ ਨੇ ਇਹ ਤੇ ਮੈਂ ਦਾਂ ਜੁੱਤਿਆਂ ਉੱਤੇ ਹੈ ਤੇ ਦਾਂ ਜੁੱਤਿਆਂ ਉੱਤੇ ਮੈਂ ਚਲੋ ਮੈਂ ਜੋ ਤਾਂ ਗਲਤੀ ਹੋ ਗਈ ਭਾਈ ਮੈਂ ਮੋਣੀ ਦੇ ਮੇਂ ਨਿਕਲ ਗਈ ਉੱਥੇ ਮੈਨੂੰ ਆਖਿਆ ਭਾਈ ਸਾਹਿਬ ਬੰਦਾ ਮੈਂ ਲੱਭ ਲਿਆ ਪੋਪੋਪੋਪੋਰਲਾ ਹੁਣ ਹੁਣ ਤੇਰੀ ਹਜ਼ਾਰ ਹੈ ਤੇਰਾ ਤੇਰਾ ਤੇਰੀ 11 ਤੇ ਤੇਰੀ 12 ਹੈ ਆਪਣੇ ਵਿਰਵਾਰ ਉਥਾਂ ਹੀ ਨਿਕਲ ਜੇ ਜਾਮਣਾ ਮੇਰੇ ਸੁਣ ਨਾ ਗੱਲ ਮੈਂ ਗੱਲ ਤਾਂ ਮੁੱਕ ਗਈ ਬਈ ਤੂੰ ਆਖੇ 1000 ਰੁਪਇਆ ਬਹਾਈ ਇਹ ਤਾਂ 200 ਸਵਾਗਾ ਮੈਂ ਲਿੱਤਾ ਮੈਂ ਝੂਠਾ ਮੈਂ ਲਿੱਤਾ ਮਰਾ ਮੈਂ ਤੂੰ ਝੂਠਾ ਨਹੀਂ ਹੂੰ ਤੂੰ ਝੂਠਾ ਨਹੀਂ ਹੂੰ ਗੱਲ ਇਤਰੀ ਇੱਕ ਅੱਛਾ ਹੁਣ ਮੈਂ ਤੇ ਬੰਦੇ ਵਿਰਵਾਰ ਕੀ ਕਿ ਕਿਤਾ ਅੱਜ ਮੈਂ ਮੈਂ ਕਹਾ ਬਾਬਾ ਆਪਣੀ ਕੀ ਵਾਈ 1000 ਰੁਪਇਆ ਉਸ ਲਈ ਤਾਂ ਮੇਰਾ ਡੇਡੇ ਤੇ ਪੇੜ ਪੈ ਗਿਆ ਮੈਂ ਕਹਾ ਜੀ ਬੰਦੇ ਕੀਤਾ ਕਿ ਕਿਹਲਾ ਸਾਰਾ ਕੰਮ ਮੁੱਕ ਗਿਆ ਅੱਜ ਮੁਕਤ ਕੰਮ ਅਗਲੇ ਮੈਂ ਪੈਸਾ ਲਿਆ ਉਸ ਮੈਂ ਕਿਹਾ ਬਾਓ ਪੈਸਾ ਮੈਂ ਕਹਾ ਆਂਦਾ ਬਾਓ ਆ ਰੁਪਇਆ ਲੈ ਜਾ ਮੇਰੇ ਕੋਲ ਰੁਪਇਆ 5000 ਇਹ ਰੋਲਾ ਦੇ ਵਿੱਚ ਹੋਰ ਪੈ ਗਿਆ ਵੀ ਉਹ ਆਂਦਾ ਮੈਂ ਇਹਨੂੰ ਆਖਿਆ 1200 ਰੁਪਇਆ ਸਵਾਗਾ ਮਰਾਂ ਤੇ ਭਾਵੇਂ ਨਾ ਮਰਾਂ ਅੱਛਾ ਅੱਛਾ ਇੱਕ ਮਿੰਟ ਦੂਏ ਨੰਬਰ ਹੈ ਮਲਾ ਗਾਲ ਸੁਣ ਮਲਾ ਤੇਰਾ ਰੋਲਾ ਮੋਗ ਗਿਆ ਗਾਲ ਸੁਣ ਮਲਾ ਲੰਮੀ ਚੌੜੀ ਸ਼ਿਕਰ ਦੀ ਲੋੜ ਹੀ ਕੋਈ ਨਹੀਂ ਕਿ ਕਹੋ ਤੁਹਾਨੂੰ ਦਿੱਕਤ ਮੈਂ ਮੈਨੂੰ ਆਂਦਾ ਬਈ ਆਏ ਬਾਓ ਰੁਪਇਆ ਲੈ ਲੈ 5000 ਤੂੰ ਦੋ ਲੈ ਲੈ ਜਾਂਦਾ ਦੋਆ ਤੇਰਾ ਸਾਫ ਕਰ ਆਪਣੇ ਹਾਲ ਮੁੱਕ ਗਏ ਉਹਦੇ ਮੈਂ ਕਹਿੰਦਾ ਯਾਰ ਮੁਕਾਦਾ ਕਰ ਗੱਲ ਕਰੀ ਮੈਂ ਕਿਹਾ ਠੀਕ ਹੈ ਮੈਂ 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 ਤਾਂ ਮੈਂ ਮੇਰੀ ਮੁੱਕੀ ਹੋਈ ਹੈ ਮੈਨੂੰ ਤਾਂ ਪਤਾ ਬਈ ਇਹ ਆਜ਼ਾਦ ਨੇ ਮੈਂ ਉਹ ਥਾਂ ਇੱਕ ਕੰਮ ਡਾ ਡਾ ਪਛ ਛੱਡਣਾ ਹੈ ਅਗਲਾ ਪਾਉ ਸਲਾਮਾ ਲੈ ਤੈਨੂੰ ਆਪਣੇ ਕੇ ਲੱਭ ਦੇ ਮਰ ਦੇ ਵਾਲਾ ਜੋ ਤੇ ਤੈਨੂੰ ਨਾਲ ਦੇ ਦੇ ਤੇ ਮੈਨੂੰ ਰੱਬ ਰੱਬ ਦੇ ਸੀ ਫਸਾਉਂ ਤੇ ਮੈਂ ਨਰਮ ਦਾ ਗਾ ਦਾ ਜਾ ਪਤਾ ਕਰ ਬੰਦੇ ਮੋੜ ਲੜਾਈ ਆਪਾਂ ਜ਼ਰੂਰ ਲੜਨੀ ਹਾਂ ਆਪਾਂ ਮੁੜ ਲੜਾਈ ਜ਼ਰੂਰ ਆਪਾਂ ਕਰਨੀ ਜਿਹੜਾ ਕੰਮ ਤੋਂ ਨਹੀਂ ਕੀਤਾ ਬਹੁਤ ਰੋਤਾ ਨਹੀਂ ਉਹ ਜਿਹੜਾ ਕੀਤਾ ਸਵਾਗਾ ਨਹੀਂ ਮਾਰਿਆ ਤੋਂ ਆਪਾਂ ਕੀ ਆ ਲੈਣਾ ਜਿਹੜਾ ਕੰਮ ਹੀ ਨਹੀਂ ਆਪਾਂ ਕੀਤਾ ਉਹ ਤੋਂ ਆਪਣਾ ਤੇਰਾ ਸਾਰਾ ਬਣਦਾ ਤੇ ਸਾਰੇ ਤੈਨੂੰ ਲੈ ਦਿੰਦੇ ਜਿਹੜਾ ਤੇਰੇ ਬਣਦੇ 15 ਕਿੱਲੇ ਬਣਦੇ 14 ਬਣਦੇ ਤੈਨੂੰ ਉਹਦੇ 1000 ਦੇ ਸਾਰੇ ਤੈਨੂੰ ਲੈ ਦਿੰਦੇ ਸਾਰੇ ਲੈ ਦਿੰਦੇ ਆਪਾਂ ਰਲ ਕੇ ਬੈਠੇ ਹੋਏ ਆ ਉਹਨੂੰ ਉਹ ਤੋਂ ਚਲੋ ਤੂੰ ਉਹਨੂੰ ਜਾਣਦਾ ਉਸ ਦੇ ਪਿਓ ਨੂੰ ਤਾਂ ਜਾਣਦਾ ਅਖਤਰ ਨੂੰ ਤੇ ਰਲ ਕੇ ਸਾਰੀ ਜ਼ਿੰਦਗੀ ਆਪਣੇ ਵੜਕਿਆਂ ਦੇ ਨਿੱਭੀ ਤੈਨੂੰ ਚੱਟੀ ਕੇ ਹੀ ਪਾਈ ਹੋਤੇ ਆ ਮੈਂ ਕੁਛ ਕਿਤਵਾ ਉਹ ਸਾਗਾ ਮਾਰੇ ਤਾਂ ਵੀ 1200 ਹੋਏ ਗੱਲ ਤਾਂ ਹੁਣ ਜਾ ਮੈਂ ਸਾਗਾ ਮੈਂ ਸਾਗਾ ਮੁੱਕਰ ਦਾ ਮਰਵੇ ਨਹੀਂ ਅੱਛਾ ਚਲੋ ਨਹੀਂ ਮਰਾਇਆ ਸਾਗਾ ਤੇ ਚਲੋ ਹੁਣ 1000 ਰੁਪਏ ਤਾਂ ਸਾਰੇ ਪੇ ਅੰਦਰ ਅਬੱਗੀ ਦਾੜੀ ਵਾਲੇ ਬਾਬੇ ਸੁਣਾ ਲਾ ਇਹ ਸੁਣਾ ਲਾ ਮੈਂ ਕਿਹਾ ਬਾਬਾ ਮੈਂ ਨਹੀਂ ਬਗਦਾ ਬੋਰ ਤਾਂ ਮੈਂ ਝੂਠਾ ਹੋ ਗਿਆ ਉਹ ਲਾਲਾ ਨਹੀਂ ਨਾ ਮਾਰਿਆ ਮੈਂ ਸਾਗਾ ਤੇ ਮੈਂ ਬਲਿਆ ਤਾਂ ਮੈਂ ਝੂਠਾ ਅੱਛਾ ਹੁਣ ਸੁਣ ਲਾ ਸੁਣ ਲਾ ਸੁਣ ਲਾ ਸਾਗਾ ਮਾਰਿਆ ਨਾ ਹਾਂ ਮੈਂ ਮਾਰਾ ਕੋਈ 15 ਦਿਨ ਤੇ ਕਿਤਨੇ ਦਿਨ ਲੱਗੇ ਤੈਨੂੰ ਹਾਲ ਵਾਵਣ ਤੇ ਮੇਰੇ ਸਾਰੇ ਹੀ ਕਿੱਥੇ ਕੰਮ ਕਰਾਈ ਕਿਤਨੇ ਦੇ ਲੱਗੇ ਨਹੀਂ ਉਹ ਤਾਂ ਦੱਸ ਚਾ ਮੈਨੂੰ ਪੰਜ ਦੇ ਤੇ ਚਾਰ ਦੇ ਤੇ ਲੱਗੇ ਨਹੀਂ ਪੰਜ ਪੰਜ ਛੇ 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 ਦੇ ਲੱਗੇ ਪੰਜ ਛੇ ਦੇ ਲੱਗੇ ਤੇ ਦੋ ਤਰਾ ਦੇ ਸਾਨੂੰ ਸਵਾਗਤ ਹੀ ਲੱਗਣੇ ਆਣ ਇੱਕ ਉਹ ਕੰਮ ਤਾਂ ਤੂੰ ਕੀਤਾ ਕੋ ਨਹੀਂ ਪੈਸੇ ਹੁੰਦੇ ਲੈਣਾ ਵਿੱਚ ਮੈਂ ਕਿੰਨੇ ਵਹਾਣੀਆਂ ਨਾ ਉਹ ਬਾਬਾ ਸ਼ਾਮ ਹੁਣ ਮੈਨੂੰ ਇਹ ਆਣ ਕੇ ਆਖਿਆ ਵੀ ਮੈਨੂੰ ਹਲਵਾ ਦਾ ਸਵਾਗਾ ਮਾਰ ਦੇ ਤੇ ਕਿਤਨੇ ਪੈਸੇ ਲੈ ਸਕਦਾ ਮੈਂ ਉਹਨੂੰ ਆਖਣਾ ਸਵਾਗਤ ਦੇ ਇਤਨੇ ਤਾਂ ਹਾਲ ਦੇ ਇਤਨੇ ਹੁਣ ਹਾਲ ਵਹਾਲ ਆਵੇ ਸਵਾਗਾ ਨਾ ਮਰਾਵੇ ਮੇਰੇ ਪਰ ਮੁੱਢੂ ਹੀ ਨਾ ਮਰਾਵੇ ਹਾਲ ਹੀ ਨਾ ਮੇਰੇ ਕੋ ਆਵੇ ਕੱਲਾ ਸਵਾਗਾ ਮਰਾ ਲੈ ਮੈਂ ਤਾਂ ਸਵਾਗੇ ਇਹਦੇ ਹੀ ਲੈਣੇ ਉਹ ਤਾਂ ਮਾਲਕ ਦੀ ਮਰਜ਼ੀ
ਇਹਦੇ ਤਾਂ ਮਲਾ ਕੇ ਇਹ ਤਾਂ ਗੱਲ ਗਾਇ ਨਾ ਮੁੜ ਦੂਏ ਨੰਬਰ ਤੇ ਕੋਈ ਕਿੱਲਾ ਦੋ ਹੁੰਦੇ ਦੁਕਰਾਲ ਹੁੰਦੀ ਅਸੀਂ ਉਹਨੂੰ ਆਖਿਆ ਪਰਾਂ ਦਫਾ ਮਾਰੋ ਯਾਰ ਛੱਡ ਪਰ 15 ਕਿੱਲੇ ਤੈਨੂੰ ਇਕੱਠੇ ਪੈਸੇ ਜੀ ਗਣ ਲਾ ਲਾ ਖੈਰ ਥੱਲਾ ਮਜ਼ਦੂਰੀ ਕਰ ਚਾਰ ਤੂੰ ਚੁੱਪ ਕਰਨਾ ਮਜ਼ਦੂਰੀ ਕਰਕੇ ਬਾਹਰ ਨਿਕਲਿਆ ਤੇ ਤੇਰੇ ਹੱਥਾਂ 'ਚ ਪੈਸੇ ਆਉਂਦੇ ਪੈਣ ਲਾ ਖੈਰ ਥੱਲਾ ਹੋਰ ਤੈਨੂੰ ਕੀ ਚਾਹੀਦਾ ਇਹ ਤਾਂ ਤੂੰ ਤਾਂ ਕਰੇ ਵੀ ਤੂੰ ਸੁਹਾਗਾ ਮਾਰਿਆ ਤਾਂ ਤੈਨੂੰ ਨਹੀਂ ਸੁ ਦਿੱਤੇ ਤੂੰ ਸੁਹਾਗਾ ਨਹੀਂ ਮਾਰਿਆ ਤੂੰ ਨਾ ਹੀ ਦਿੰਦਾ ਪਾ ਠੀਕ ਹੈ ਇਹ ਤਾਂ ਰੋਲੇ ਵਾਲੀ ਗੱਲ ਹੀ ਨਹੀਂ ਹੈ ਦੇ ਯਾਰ ਉਹਨੂੰ ਪੈਸੇ ਦੇ ਗਰੀਬ ਬੰਦਾ ਕਈ ਨੂੰ ਆਵਣ ਉਹ ਨਾ ਉੱਥੇ ਘੱਟ ਘਰ ਵਗ ਜਾਣਾ ਹੈ ਮੈਂ ਦੀ ਗਿਆ ਤੇ ਦਿਆ ਨਾ ਦਿਆ ਨਾ ਪਾਪਾ ਕਰ ਲਵਾਂਗਾ ਸੋਚ ਤੇ ਦਾਂ ਪੈ ਹੋਇਆ ਤੇ ਨਹੀਂ ਮੈਨੂੰ ਦੱਸ ਟਰੈਕਟਰ ਚਲਦੇ ਚਲਦੇ ਸੀ ਤਾਂ ਹੋ ਜਾਂਦਾ ਉਹ ਸਾਈਂ ਦਾ ਤੂੰ ਸਾਈਂ ਨੀ ਉੱਥਾਂ ਮੇਰਾ ਇਹ ਤਾਂ ਕਿੱਥੋਂ ਚੱਲਣਾ ਕਿੱਥੋਂ ਚੱਲਣਾ ਤੇ ਉਹ ਤੂੰ ਪੈਸੇ ਨਹੀਂ ਲੈਣੇ ਤੂੰ ਯਾਰ ਪੈਸੇ ਲੈਣੇ ਤੂੰ ਧੱਕੇ ਖਾ ਦੇਣ ਉਸ ਪੈਸੇ ਦੇਣੇ ਕਿਉਂ ਨਾ ਦੇਵੇ ਤੈਨੂੰ ਪੈਸੇ ਓਏ ਹੁੰਦੀ ਉੱਥੇ ਕੋਈ ਪਰੇ ਉਹਨਾਂ ਦਾ ਕੋਈ ਕੱਠ ਹੈ ਤੇ ਉੱਥੇ ਗਏ ਹੋਏ ਤਾਂ ਲੇਟ ਹੋ ਜਾਣੀ ਤੇ ਉਹ ਆਪਣੇ ਘਰ ਵਗ ਜਾ ਸੀ ਮੁੜ ਬੈਠਾ ਨਹੀਂ ਤੇਰੇ ਨਾਲ ਗੱਲ ਕਿਸੇ ਬੰਦੇ ਨੂੰ ਸੁਣਾ ਲਾ ਪਿੰਡ ਦੇ ਵਿੱਚ ਗੱਲ ਲਾਲਾ ਜਿਹੜੀ ਸ਼ਾਇਦ ਮੈਂ ਕੰਮ ਕੀਤਾ ਹੀ ਨਹੀਂ ਮੈਂ ਉਹਦੀ ਮਜ਼ਦੂਰੀ ਕਿਵੇਂ ਲੈਣ ਸਕਦਾ ਹਾਂ ਤੇਰੇ ਕੋ ਸੁਹਾਗਾ ਮਰਾ ਕੇ ਤੈਨੂੰ 15 ਕਿੱਲੇ ਦੇ ਪੈਸੇ ਦੇ ਦੇਸੀ ਜਿਹੜੇ ਸੁਹਾਗੇ ਦੇ ਤੇਰੇ 200 ਰੁਪਇਆ ਰਹਿ ਗਿਆ ਕਿੱਲੇ ਦੇ ਹਿਸਾਬ ਨਾਲ ਸੁਹਾਗਾ ਉਸ ਪਿਆ ਦਾ ਮੇਰੇ ਕੋ ਮੈਂ ਮਰਾਇਆ ਕੋਈ ਨੀ ਤੂੰ ਪਿਆ ਨਾ ਮੈਂ ਮਾਰੇ ਨਾ ਮਾਰਿਆ ਮੈਂ ਉਹ ਮਾਰਨਾ ਸੁਹਾਗਾ ਮੇਰੇ ਕੋ ਮਰਾ ਲਵੇ ਜਦੋਂ ਬਾਈ ਉਹਦੇ 15 ਕਿੱਲੇ ਵਿਹਲੇ ਹੋ ਗਏ ਨਾ ਤੂੰ ਸੁਹਾਗਾ ਮਾਰ ਕੇ ਦੇਵੇ ਜੋ ਤੈਨੂੰ 3000 ਰੁਪਇਆ ਦੇ ਸਕਦੇ ਜਮੀਨ ਤੇਰੀ ਵਿਹਲੀ ਹੋ ਜਾਵੇ ਤੂੰ ਉਹਦੇ ਕੋ ਸੁਹਾਗਾ ਮਰਾ ਕੇ ਉਹਨੂੰ 3000 ਰੁਪਇਆ ਨਹੀਂ ਜਮੀਨ ਮਤਲਬ ਮੈਂ ਲੰਮਾ ਕਰਾਂ ਮੈਂ ਚੋਤ ਅਮਰਾਈ ਬੈਠਾ ਅੱਜ ਮੈਂ ਆਸ ਆਸ ਪੜਾਈ ਬੈਠਾ ਆ ਤੇ ਮੈਂ ਕਾਰਾ ਲਮਾ ਲੰਮਾ ਕਿਉਂ ਤੂੰ ਚੋਪ 15000 ਦੇ ਵਿੱਚ ਸਵਾਲ ਆ ਬਸ ਸੇ ਦੇ ਦਿਓ ਸੇ ਦੇ ਦਿਓ ਚੌਧਰੀ ਆਪਾਂ ਤਾਂ ਚਲੋ ਜੰਗਲੂਟ ਬਿਰਾਇਆ ਚੌਧਰੀ ਉਹਨੂੰ ਪੁੱਛ ਬਈ ਜਿਹੜਾ ਕੰਮ ਕੀਤਾ ਹੀ ਨੀ ਉਹ ਪੈਸੇ ਹੁੰਦੇ ਕਿਹੇ ਦੇਵਣੇ ਉਸ ਤੈਨੂੰ ਤੈਨੂੰ ਸਮਝਾ ਸਮਝਾ ਕੇ ਤੈਨੂੰ ਸਮਝ ਨੀ ਆਉਂਦੀ ਪਈ ਜਿਹੜਾ ਨਹੀਂ ਕੀਤਾ ਪੈਸੇ ਤੋਂ ਕਹਿ ਲੈਣੇ ਹੁਣ ਤੂੰ ਪਿਆ ਨਾ ਸੁਹਾਗਾ ਮਰਾ ਲਵੇ ਤੂੰ ਜਦੋਂ ਕੋਈ ਮੁੰਡ ਮਰਾਵਣ ਦੀ ਜ਼ਰੂਰਤ ਹੋਈ ਤੇਰੇ ਕੋਲ ਮਰਾ ਲਈ ਸੀ ਤੈਨੂੰ ਪੈਸੇ ਦੇ ਦੇਸੀ ਨਹੀਂ ਬਿਲਕੁਲ 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 ਤੇਰੀ ਬਾਈ ਚੰਗਿਆਈ ਹੈ ਤੇਰੀ ਚੰਗਿਆਈ ਕੋਈ ਸਾਡੇ ਵਰਗ ਹੁੰਦਾ ਕਸਮ ਖੁਦਾ ਦੀ ਅਸੀਂ ਆਪਣੇ ਕੰਮ ਜਾਣਾ ਹੀ ਵਗ ਜਾਣਾ ਘਰ ਛੋੜਨਾ ਚਾਹਿਆ ਬੰਦੇ ਨੂੰ ਛੋੜਨਾ ਤੇ ਉਹ ਵਿੱਚ ਮੋੜ ਕੋ ਘਰ ਮੇ ਮੱਖੇ ਮੇਰੇ ਨਾਲ ਮੇਰੇ ਨਾਲ ਮੁਕਾਇਏ ਕੀ ਕਰ ਗੱਲ ਨਹੀਂ ਨਹੀਂ ਉਸ ਤੇ ਨਾ ਜ਼ਿਆਦਤੀ ਨਹੀਂ ਕੀਤੀ 3 ਮਹੀਨੇ ਉਹ ਹਾਲੇ ਵੀ ਬੈਠਾ ਉਸ ਤੇ ਨਾ ਜ਼ਿਆਦਤੀ ਹੈ ਉੱਥੇ ਮੇਰੀ ਗੱਲ ਤੇ ਇੱਥੇ ਮੁੜਗਾ ਤੇ ਮੇ ਸਾਹਿਬ ਚਲੋ ਕੋਈ ਗੱਲ ਨੀ ਹੁਣ ਛੱਡ ਪਰ ਆਪਣੇ ਕੰਮ ਨੂੰ ਜਾਊ ਜਿੱਥੇ ਸੁਣਾ ਲਾ ਕਿਸੇ ਆਪਣੇ ਮਲਕ ਨੂੰ ਵੱਡੇ ਨੂੰ ਸਾਧ ਲਈ ਸੀ ਪਿੰਡ ਦੇ ਨੇ ਉਹ ਆਖਿਆ ਚਾਹ ਅਸੀਂ ਤੈਨੂੰ ਮੀਆਂ 200 ਨੀ 300 ਦੇ ਹਿਸਾਬ ਨਾਲ ਤੈਨੂੰ ਨਹੀਂ ਤਾਂ ਬਾਬਾ ਤੇਰੇ ਬਣਦੇ ਹੀ ਹੈ
इन्हें लड़ाई झगड़े वाली गल ही कोई नहीं। तेन तेन इज्जत एहतराम तू बाहर निकलिया तेन मजदूरी तेरी थेरे हथी लाई बैठा तेन देव कर आ वेख ला 7500 रुपया उधर दी बैठा पैसे इंज भी इधर बंद जेद नहीं करी होंगी सारे बगिया दाड़ी बैठे सारे पुछ ला जो झूठा तो मैं नहीं सारे तेन पर चट्टी मरे सा चलो मियां तेरी मेहरबानी सही तो चंगा कीता तेरी मेहरबानी अला अला पैसा नप ला नप ला उठी उठी ना भला असं जाऊँगा तो जा मैं काम जाना उन्हें फोन पिछो गया लै उठी ना भला उठी उठी ना भला उठी खुला ना भला पैसे चलो वेख ला किसी का हजार कर ला यार तू बह जा तुम पैसे ना पा ना भला उठी ना भला उठी ना भला यार सारे बंद तेन कूड़िया करना मुड़ चढ़ नवा रोला सा बना ले झूठ हो तेन असि परे झूठ हो गए तेन असि परे पैसे आधार पूरा कर ला पंद्रह आधा पूरा कर आधा हजार पूरा कर ला जमीन ज्यादी है जमीन सारी जमीन बहुत तू कछला जे तेरी जमीन होंगी ज्यादा जरा तेरे ना केरा केर के 15 किलिया के पैसे पैरों का लैके गया मला के नहीं खरीदी होंगी जिसे रल के बैठे उ नहीं खरीदी होंगी दो किले लैन ते 13 किले यार लेबर गिण पैसे गिण लापड़े गिण 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 पैसे गिण पंद्रह हजार पूरा हो गया हैं बकाया किन्ने मरदे पैण ओ किन्ने मरदे पैण सारे मारगण पिंड च कितने बंदे होंदे हन बंदे सारे मारगण आपां आउण बंदे आ आपां ही मार जांगणा ए जिया वे आंदे जांदे राणे ने मारता जावणा है ते इन्ना ना कोई वरना वरतना दबान ना आपां दी पांदे देने आ तो देने आ तो स्वागत तो कोई नहीं मारया ओ खून वीटिया तो उंदा खून तो चूसी जाना 15000 रुपया तो गरीब दे मैं तो आटा तो ले लेया मैं की लिखदा मैं तो कुछ नहीं लिखदा नानू ते मुड़ कोई नहीं लिखदा सानू दे चा कसम खुदा दी मैं पता मैं लिख मुड़ तू ले नहीं तू सानू दे चा जे 15 कोई नहीं लिखदा था मैं हर जुबान ते आपने पक्का बस के जुबान कने जुबान ते मुड़ पक्का होंदो ना दादू गल ही ना करे ओ नहीं लाला जेड़ा आपा काम ही नहीं कीता ते पैसे के मैं पक्का तू मेरा आंदा भाई साहब पक्का मारना मैं ठीक कमरा सा अगर तू 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 नाम रात मैं तो वो जुबान ना पैसे
चंगा भला बंदा उस तरह हया की मगर जाके पैसे अल्लाह की कसम कोई मेरे वर्ग होता मैं कोई नहीं जाऊंगा कर्नाटक का सामने कोई नहीं मगर टूटा तेरे मगर पैसे जाके टूटे वो शरीफ बंदा कोई नहीं कितना हया तेरा की बेटा इतनी गाली किसी नहीं सुननी जा अबे जड़ी मर्द पर इकट्ठी कर ला तो मान गया मोरे हुन उत्ते तो मान गया पर इनका कथा चुवाओ ए तो मान गया कितना मान गया ठीक है यार पैसा तेरा मगर चुप चुप जाओ चुप कोई गल ऐसी है तो नहीं मैं टाक लाऊंगा कोई ऐसी गलत कोई नहीं अच्छा हूँ सुन ला मेरी गल मैं टाक ला दू हूँ सुन छाड़ दे उस गल छाड़ दे छाड़ तेरी गल ते आ जाने तेरी गल ते आ जाने वो झूठा ना झूठा ना हूँ मैं टाक लेंदा पे या 15,000 का 1.5 लाख ब्रेसी 11 गुणा तो या तेरा 15,000 गया मैं टाक ला देना तो मुड़ गल उस अमल करना पंसा ही अब बाबा काम क्या हो बस बाओ गल ₹3,000 ਜਿਹੜਾ ਨਹੀਂ ਬਣਦਾ ਉਹਦੇ ਚ ਜਾਨ ਨੂੰ ਛੁੱਟਦੀ ਪਈ ਆਏ ਤਾਂ ਮੁਕਣੇ ਨੀ ਸਾਡੇ ਪਿੱਤ ਸਾਡੇ ਬਾਲਾਂ ਕੋਲ ਨੀ ਬਰੀ ਹੋਣੇ ਜਿਹੜੇ ਤੇਰੇ